मस्त निसाइए जैसी निप रैनाल अब के शाह सुजान है अब के शाह सुजान है लैसी मस्त समान
ਸੀ ਜਸ ਕੋਏ ਖੋਟ ਜਾਤ ਨਾ ਬਾਤ ਹੈ ਖੋਟ ਨਾ ਸੀ ਜਸ ਕੋਏ ਖੋਟ ਖੋਟ ਕਮਾਵਣਾ ਗੁਰੂ ਕੇ ਸ਼ਬਦ ਨਾਲ ਇਸ ਮਨ ਨੂੰ ਸਮਝਾ। ਐ ਮਨ ਤੂੰ ਕਦੇ ਆਪਣੇ ਆਪ ਨੂੰ ਪਹਿਚਾਣਿਆ ਕਿ ਮੈਂ ਕੌਣ ਹਾਂ? ਪਹਿਚਾਣ ਲੈ
ਵਿਸ਼ਾਲ ਦਰਖਤ ਦੀਆਂ ਸ਼ਾਖਾਂ ਵੱਲ ਧਿਆਨ ਨਾ ਕਰ, ਕਦੇ ਉਸ ਦੀਆਂ ਜੜ੍ਹਾਂ ਵੱਲ ਵੀ ਧਿਆਨ ਮਾਰ ਕਿ ਮੇਰਾ ਮੂਲ ਕੀ ਹੈ। ਦੁਨੀਆਂ ਦੀਆਂ ਸੁੱਖਾਂ ਰੂਪੀ ਸ਼ਾਖਾਂ ਵੱਲ ਵੀ ਧਿਆਨ ਮਾਰੀ ਜਾਂਦਾ ਹੈ, ਪਰ ਸ਼ਬਦ ਨਾਲ ਸਮਝਾਈਏ ਨਾ ਇਸ। ਜਦੋਂ ਸਮਝ ਗਿਆ ਉਦੋਂ ਵੱਸ ਹੋ ਜਾਏਗਾ। ਸਮਝੇਗਾ ਕਦੋਂ? ਗੁਰੂ ਦੇ ਸ਼ਬਦ ਨਾਲ, ਜਦੋਂ ਸਮਝ ਗਿਆ ਫਿਰ ਵੱਸ ਹੋ ਜਾਏਗਾ। ਪਰ ਇਹ ਬਖਸ਼ਿਸ਼ ਕਦੋਂ ਹੋਏਗੀ? ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ। ਮਨ ਸਮਝ ਆਈਏ ਸਮਝ ਗਿਆ ਤੇ ਕਈਆਂ ਦਾ ਨਾ ਸਮਝਿਆ। ਮੁਕਤ ਪੰਥ ਜਾਣਿਓ ਤੇ ਨਾਲ ਤਨ ਜੋਰਨ ਕੋ ਤਾਇਆ ਅੰਤ ਸੰਗ ਕਾਹੂ ਨਹੀਂ ਬਿਨਾ ਬਿਰਥਾ ਆਪ ਬਖਾਇਆ।
नानक मन समझाए, मन समझाए। ऐनिस औध घटे नहीं जाने, पयो लोप संघोरा, नानक मन समझाइए, नानक मन समझाइए। मन का तो ना समझाना, बेनती की तीसी गुरु के शब्द ना। ऐ मन शब्द मरो फिर जीवो सद ही, फिर तू कदे नहीं मरेगा। हर बंदा चाहता है कि मेरी उम्र बहुत लंबी हो जाए, इस तरह मन भी चाहता है मैं बहुत वड्डी उम्र वाला हूं। तो हजूर कहिंदा आत नूं समझावां, जे तू चाहना कि मेरी बहुत लंबी उम्र होवे ते फिर शब्द मारो फिर जीवो सदी, ता फिर मरन ना होई। Thank you.